ਪੰਜਾਬ ਪੁਲਿਸ ਦਾ ਥਾਣੇਦਾਰ ਪਰਮਿੰਦਰ ਸਿੰਘ ਬਾਜਵਾ ਨੇ ਪੂਰੀ ਕਾਂਗਰਸ ਸਰਕਾਰ ਨੂੰ ਵਕਤ ਪਾਇਆ ਹੋਇਆ ਹੈ। ਸੋਮਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਏ ਕਿ ਥਾਣੇਦਾਰ ਬਾਜਵਾ ਨੇ ਵਿਰੋਧੀਆਂ ਦੇ ਇਸ਼ਾਰੇ ਤੇ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਦੇ ਖਿਲਾਫ ਪਰਚਾ ਦਰਜ ਕੀਤਾ ਸੀ। ਕੈਪਟਨ ਨੇ ਕਿਹਾ ਕਿ ਥਾਣੇਦਾਰ ਨੇ ਪਰਚਾ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਤੇ ਅਕਾਲੀ ਲੀਡਰ ਦਲਜੀਤ ਸਿੰਘ ਚੀਮਾ ਦੇ ਨਾਲ ਫੋਨ ਤੇ ਗੱਲ ਕੀਤੀ ਸੀ। ਇਸ ਦੇ ਜਵਾਬ ਵਿੱਚ ਥਾਣੇਦਾਰ ਬਾਜਵਾ ਨੇ ਵੀ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਆਪਣੇ ਖਿਲਾਫ ਲੱਗੇ ਦੋਸ਼ਾਂ ਦਾ ਠੋਕਵਾਂ ਜਵਾਬ ਦਿੱਤਾ ਹੈ। ਬਾਜਵਾ ਨੇ ਕੈਪਟਨ ਵੱਲੋਂ ਲਾਏ ਗਏ ਦੋਸ਼ਾਂ ਨੂੰ ਇਨਕਾਰ ਦਿੱਤਾ ਤੇ ਸ਼ਰੇਆਮ ਹਾਈਕੋਰਟ ਤੱਕ ਜਾਣ ਦੀ ਚੇਤਾਵਨੀ ਤੱਕ ਵੀ ਦੇ ਦਿੱਤੀ। ਇੱਥੋਂ ਤੱਕ ਕਿ ਬਾਜਵਾ ਨੇ ਆਪਣੇ ਸੀਨੀਅਰ ਅਫਸਰਾਂ ਦੀਆਂ ਦਿੱਤੀਆਂ ਸਾਰੀਆਂ ਸਫਾਈਆਂ ਨੂੰ ਵੀ ਝੂਠ ਕਰਾਰ ਦਿੱਤਾ। ਬਾਜਵਾ ਨੇ ਕਿਹਾ ਕਿ ਉਸਨੇ ਬਿਲਕੁਲ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਤੇ ਕਾਨੂੰਨੀ ਪ੍ਰਕਿਰਿਆ ਤਹਿਤ ਹੀ ਪਰਚਾ ਦਰਜ ਕੀਤਾ ਗਿਆ ਹੈ। ਬਾਜਵਾ ਨੇ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਚੋਣਾਂ ਤੱਕ ਤਾਂ ਸਰਕਾਰ ਉਸਦਾ ਕੁਝ ਵੀ ਨਹੀਂ ਵਿਗਾੜ ਸਕਦੀ, ਪਰ ਚੋਣਾਂ ਤੋਂ ਬਾਅਦ ਸਰਕਾਰ ਉਸਨੂੰ ਨੌਕਰੀ ਤੋਂ ਕੱਢ ਸਕਦੀ ਹੈ ਤੇ ਜਾਂ ਫਿਰ ਕੋਈ ਹੋਰ ਨੁਕਸਾਨ ਪਹੁੰਚਾ ਸਕਦੀ ਹੈ। ਬਾਜਵਾ ਨੇ ਕਿਹਾ ਕਿ ਸਰਕਾਰ ਨੇ ਉਸਦੇ ਗਨਮੈਨ ਅਤੇ ਸਰਵਿਸ ਰਿਵਾਲਵਰ ਤੱਕ ਵਾਪਸ ਲੈ ਲਏ ਨੇ ਤੇ ਉਹ ਆਪਣੇ ਨਿੱਜੀ ਹਥਿਆਰਾਂ ਨਾਲ ਹੀ ਆਪਣੀ ਸੁਰੱਖਿਆ ਕਰ ਰਿਹਾ ਹੈ। ਯਾਦ ਰਹੇ ਜਲੰਧਰ ਦਿਹਾਤੀ ਦੇ SSP ਗੁਰਪ੍ਰੀਤ ਸਿੰਘ ਭੁੱਲਰ ਨੇ ਪਰਚਾ ਦਰਜ ਹੋਣ ਤੋਂ ਬਾਅਦ ਮੀਡੀਆ ਨੂੰ ਦੱਸਿਆ ਸੀ ਕਿ SHO ਨੇ ਪਰਚਾ ਦਰਜ ਕਰਨ ਸਮੇਂ ਨਿਯਮਾਂ ਦੀ ਉਲੰਘਣਾ ਕੀਤੀ ਹੈ ਤੇ ਕਿਸੇ ਸੀਨੀਅਰ ਅਫਸਰ ਨਾਲ ਗੱਲਬਾਤ ਵੀ ਨਹੀਂ ਕੀਤੀ ਸੀ। ਬਾਜਵਾ ਨੇ ਇਹ ਕਿਹਾ ਕਿ ਪਰਚਾ ਦਰਜ ਕਰਨ ਵਿੱਚ ਕਿਸੇ ਵੀ ਵਿਰੋਧੀ ਪਾਰਟੀ ਦੇ ਸਿਆਸੀ ਆਗੂ ਦਾ ਹੱਥ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਉਸਦੇ ਫੋਨ ਦੀਆਂ ਕਾਲ ਡਿਟੇਲਾਂ ਕਢਵਾ ਕੇ ਵੇਖ ਸਕਦੀ ਹੈ। ਬਾਜਵਾ ਨੇ ਬਾਗੀ ਰੁੱਖ ਵਿਖਾਉਂਦਿਆਂ ਕਿਹਾ ਕਿ ਉਹ ਪਰਚਾ ਰੱਦ ਕਰਨ ਦੀ ਰਿਪੋਰਟ ਤੇ ਆਪਣੇ ਦਸਖਤ ਨਹੀਂ ਕਰੇਗਾ। ਜੇਕਰ ਪਰਚਾ ਰੱਦ ਕੀਤਾ ਜਾਂਦਾ ਹੈ ਤਾਂ ਇਸ ਖਿਲਾਫ ਉਹ ਹਾਈਕੋਰਟ ਤੱਕ ਪਹੁੰਚ ਕਰੇਗਾ। ਬਾਜਵਾ ਨੇ ਪੁਸ਼ਟੀ ਕੀਤੀ ਕਿ ਉਸਦੇ ਖੁਦ ਆਪਣਾ ਅਸਤੀਫਾ ਲਿਖਿਆ ਸੀ ਤੇ ਬਾਅਦ ਵਿੱਚ ਸੀਨੀਅਰ ਅਫਸਰਾਂ ਦੇ ਵੱਲੋਂ ਦਬਾਅ ਪਾ ਕੇ ਉਸ ਨੂੰ ਰੱਦ ਕਰਕੇ ਨੌਕਰੀ ਤੇ ਬਹਾਲ ਰਹਿਣ ਵਾਲੀ ਚਿੱਠੀ ਲਿਖਵਾਈ ਸੀ। SHO ਨੂੰ ਉੱਥੋਂ ਕਢਾਇਆ ਸੀ ਰਾਣਾ ਗੁਰਜੀਤ ਨੇ। ਹੀ ਵਾਜ਼ MLA ਫਰੋਮ ਕਪੂਰਥਲਾ। ਕਪੂਰਥਲਾ ਦੇ ਵਿੱਚ ਕੋਈ ਸੀ ਪੁਲਿਸ ਸਟੇਸ਼ਨ ਦਾ SHO ਹੋਣਾ ਫੋਰ ਇਮੋਰਲ ਪਰਪਸ ਲੈਟ ਪੁੱਟ ਇਟ ਦਿਸ ਵੇ ਆਈ ਵੋਂਟ ਗੋ ਇਨਟੂ ਡੀਟੇਲ ਅਬਾਊਟ ਦੈਟ ਇਮੋਰਲ ਪਰਪਸ ਉਹਨੂੰ ਕਢਾਇਆ ਸੀ। ਐਂਡ ਅਗੇਨ ਆਈ ਡੋ ਨੋਟ ਨੋ ਹਾਊ ਹਿਸ ਨੇਮ ਵੈਂਟ ਅਪ ਟੂ ਦੀ ਇਲੈਕਸ਼ਨ ਕਮੇਟੀ ਫਾਰ ਸਿਲੈਕਸ਼ਨ। ਦ ਪੁਲਿਸ ਵਿਲ ਹੈਵ ਟੂ ਇਨਵੈਸਟੀਗੇਟ ਵਾਈ ਦਿਸ ਨੇਮ ਵਾਸ ਸੈਂਟ ਐਂਡ ਦ DGP ਵਿਲ ਆਮ ਸ਼ੋਰਲੀ ਨੋ ਕਿ ਕਿਹਨੇ ਭੇਜਿਆ ਔਰ ਕਿਉਂ ਭੇਜਿਆ ਦੁਬਾਰਾ ਇਹਦਾ ਨਾਮ। ਜਦੋਂ ਇੱਕ ਵਾਰ ਉੱਥੋਂ ਕੱਢਿਆ ਸੀ ਐਟ 4:30 ਇਨ ਦ ਮੋਰਨਿੰਗ ਇਹਨੇ FIR ਰਜਿਸਟਰ ਕੀਤੀ। ਉਹ ਤੋਂ ਪਹਿਲਾਂ 2:30 ਇਹਦੀ ਸੁਖਪਾਲ ਖਹਿਰਾ ਨਾਲ ਗੱਲ ਹੋਈ ਹੈ, ਇੱਕ 11:30 ਸ਼ਾਮੀ ਔਰ ਇੱਕ ਮੇਰਾ ਖਿਆਲ ਵਾਟ ਵਾਜ਼ ਦੀ ਸੈਕਿੰਡ ਟਾਈਮ ਮੋਰਨਿੰਗ ਤੱਕ ਡਾਕਟਰ ਚੀਮਾ ਨਾਲ ਹੋਈ ਹੈ 6:30। ਇਹ ਸਭ ਚਾਰਜਿਸ ਤੁਸੀਂ ਆਪ ਹੁਣ ਵਰਕਆਊਟ ਕਰ ਲੈਣਾ ਕੀ ਉੱਥੇ ਹੋ ਰਿਹਾ। ਇਹਨੂੰ ਸਿਰਫ ਇਲੈਕਸ਼ਨ ਕਮਿਸ਼ਨ ਨੇ ਕਿਹਾ ਸੀ ਇਨਵੈਸਟੀਗੇਟ ਦਿਸ ਸੈਂਡ ਰਿਪੋਰਟ ਜਿਹੜੀ ਆਈ ਹੈ ਲਾਡੀ ਦੇ ਖਿਲਾਫ ਹੁਣ ਇਨਵੈਸਟੀਗੇਟ ਕਰੋ। ਇਲੈਕਸ਼ਨ ਕਮਿਸ਼ਨ ਇਹ ਨਹੀਂ ਕਿਹਾ ਸੀ ਕਿ ਤੂੰ ਘੰਟੇ ਦੇ ਵਿੱਚ ਹੀ FIR ਦਰਜ ਕਰ ਦੇ। ਦਿਸ ਵਾਜ ਇਹ ਆਪਣਾ ਗੁੱਸਾ ਦਿਖਾ ਰਿਹਾ ਹੈ ਅਗੇਂਸਟ ਹਿਸ ਰਿਮੂਵਲ ਬਾਈ ਮਿਸਟਰ ਰਾਣਾ ਗੁਰਜੀਤ ਸਿੰਘ ਜੀ ਪੁੱਤਰ ਔਰ ਉਹਨੇ ਆਹ ਸਾਰੀ ਗੱਲ ਕੀਤੀ। ਮੈਂ ਸੁਣੀ ਤੁਹਾਡੇ ਜਿਹੜੇ IG ਨੇ ਕਿ ਆਪਣੇ ਸਨਾ ਸਾਹਿਬ ਉਹਨਾਂ ਨੂੰ ਬਹੁਤ ਵੱਡੇ ਘੈਂਟ ਅਫਸਰ ਸਮਝਦਾ ਸੀਗਾ, ਉਹਨੂੰ ਸਾਰਾ ਕੁਛ ਦੇ ਆਇਆ ਹਫ਼ਤਾ ਹੋ ਗਿਆ ਨੋ ਐਕਸ਼ਨ, ਫਤਿਹਦੀਪ ਨੂੰ ਸਾਰਾ ਕੁਛ ਦੇ ਆਇਆ ਜੱਜ ਨੂੰ ਨੋ ਐਕਸ਼ਨ, ਗੁਰਪ੍ਰੀਤ ਭੁੱਲਰ ਜੀ ਨੂੰ ਸਾਰਾ ਕੁਛ ਦੇ ਆਇਆ ਗੈਂਗਸਟਰਾਂ ਬਾਰੇ ਨੋ ਐਕਸ਼ਨ,
ਹੁਣ ਜਿਹੜੀ ਆ ਐਫ ਆਈ ਆਰ ਕਰਕੇ ਲੋਸ ਆ, ਜਿਹੜੀ ਮੈਂ ਲੋਜ ਕਰਤੀ ਲੱਗੀ ਜਿਹੜੀ ਆ ਗਈ ਮੇਰੇ ਨਾਲ ਕੀ ਹੋਇਆ ਤੁਹਾਨੂੰ ਦੇਖ ਲਓ। 30 ਤਰੀਕ ਤੋਂ ਬਾਅਦ ਚੋਣ ਜਾਬਤਾ ਖਤਮ ਹੋਣਾ ਕੀ ਹੋਣਾ ਉਹ ਤੁਹਾਨੂੰ ਪਤਾ, ਪਰ ਤੁਸੀਂ ਮੇਰੇ ਨਾਲ ਹੋ, ਮੈਨੂੰ ਲੱਗਦਾ ਹੁਣ ਨਹੀਂ ਪੁੱਛਣਾ। ਮੈਨੂੰ ਜੁਆਇਨ ਕਰਾਊਂਗਾ ਪ੍ਰੋਸੈਸ ਦੇ ਅੰਦਰ, ਛੁੱਟੀ ਦੇ ਦਿੱਤੀ ਹੈ, ਤੁਸੀਂ ਆਪ ਨਹੀਂ ਮੰਗੀ ਹੁਣ ਲੱਗਾਂ ਲਿਖੇ ਗਈਆਂ ਹੋਈਆਂ ਵੀ ਇਹ ਜਿਹੜਾ ਹੈ ਸਿੱਖ ਆ, ਹੁਣ ਇਹਦੇ ਸੀਐਮ ਨੇ ਇਹ ਕਰਤੀ ਆ ਵੀ ਇਹ ਇਹ ਖਰਾਬੀ ਆ, ਇਹ ਫਿੱਟ ਨਹੀਂ ਜੁਟੀ ਨਹੀਂ, ਇਹ ਐਸ ਐਸ ਪੀ ਵੱਲੋਂ ਵੀ ਫੋਟੋ ਦਿੱਤੀਆਂ ਹੋਈਆਂ ਸੀ ਇਲੈਕਸ਼ਨ ਆਫਿਸਰ ਨੂੰ, ਇਹਨੂੰ ਐਸ ਐਸ ਪੀ ਨੂੰ ਬਤਾਇਆ ਜਾਵੇ, ਕਦਮਾਂ ਲੱਗੂਗਾ ਲੱਗਣਾ ਕਮਾਂ ਨਹੀਂ। ਮੈਂ ਜੀਓ ਬੈਂਕ ਅਤੇ ਮੈਂ ਫੋਟੋ ਸਾਹਿਬ ਦਾ ਚਾਰਜ ਹੀ ਲੈਣਾ, ਤੁਸੀਂ ਦਰਦਾਸ ਨੂੰ ਜਦੋਂ ਮੈਂ ਫੋਨ ਕੀਤਾ ਮੈਂ ਪਰਤ ਦੇਣਾ, ਕਹਿੰਦੇ ਮੇਰੇ ਐਨ ਆਰ ਆਈ ਗੈਸਟ ਆਏ ਆ, ਇਹਨਾਂ ਪ੍ਰਿੰਟਰ ਕਹਿ ਰਹੇ ਸੀ ਉਹਦੇ ਐਨ ਆਰ ਆਈ ਗੈਸਟ ਆਏ, ਉਹ ਗੱਲ ਨਹੀਂ ਕਰ ਸਕਦੇ। ਕੁੱਲਰ ਸਾਹਿਬ ਤਾਂ ਇਹ ਵੀ ਕਹਿੰਦੇ ਸੀਗੇ ਕਿ ਅਸਤੀਫਾ ਤੁਸੀਂ ਦਿੱਤਾ ਹੀ ਨਹੀਂ, ਮੈਂ ਨਾਲ ਮੈਂ ਨਾ ਉਸ ਏਰੀਆ ਚ ਰਹੇ ਹੋ, ਤੁਹਾਡੇ ਇਨਵੋਲਵਮੈਂਟ ਹੈ ਉੱਥੇ ਮਾਈਨ ਚ? ਉੱਥੇ ਜਾਪੜ ਇੱਕ ਹੋਰ ਕੰਟਰੈਕਟਰ ਉੱਥੇ ਦਾ ਮੌਕੇ ਦੇ ਅਸੀਂ ਗਈ ਉਹ ਲੇਡੀ, ਮੈਂ ਗਿਆ ਉੱਥੇ ਗਿਆ ਉੱਥੇ ਇੱਦਾਂ ਹੈਗੀਆਂ ਉਹ ਮੋਗੇ ਵੀ ਹੈਗੀਆਂ ਅਤੇ ਮਾਈਨਿੰਗ ਹੋ ਰਹੀ ਆ, ਸ਼ਾਹ ਹੋ ਰਹੀ ਹੈ, ਸਾਨੂੰ ਤਾਰਪੁਰ ਪਿੰਡ ਉੱਥੇ ਨਿਸ਼ਾਨ ਨਹੀਂ ਕਰਾਈ ਗਈ, ਨਿਸ਼ਾਨ ਦੀ ਵਿੱਚ 6 ਕਿੱਲੇ ਜ਼ਮੀਨਾਂ ਦੇ ਵਿੱਚ ਪਾਣੀ ਤੱਕ ਪਾਣੀ ਕੱਢਤਾ ਦਿੰਦੇ, ਇੰਨੀ ਮਾਈਨਿੰਗ ਹੋਈ ਇਲੀਗਲ। ਉੱਥੇ ਬੰਦੇ ਖੜ੍ਹੇ ਸੀਗੇ ਉਹ ਕਹਿੰਦੇ ਜੀ ਇਹ KBM ਕੰਟਰੈਕਟਰ ਕੋਈ ਮੋਹਨ ਨਹੀਂ ਰਿਹਾ, ਕੋਈ ਕੋਈ ਦਾਸ ਨਹੀਂ ਰਿਹਾ, ਉੱਥੇ ਦੱਸ ਰਹੇ ਨੇ ਦਾ ਮੋਹਨ ਜੀ ਪਲੱਸ ਉਹਦੇ ਨਾਲ ਇੱਕ ਹੈਗਾ ਵੀ ਇਹਨਾਂ ਦਾ ਪਿੰਡ ਜੀ ਇਹਨਾਂ ਨੇ ਮੈਨੂੰ ਉਦੋਂ ਵੀ ਡੀ ਸੀ ਸਾਹਿਬ ਦਾ ਵੀ ਇਹ ਪਰਚਾ ਨਾ ਉੱਥੇ ਦੇ ਦਿਓ ਅਨਨੋਨ ਪਰਸਨ ਸੀ, ਮੈਂ ਤਾਂ ਅਨਨੋਨ ਪਰਸਨ ਦੇ ਦਿਓਗੀ ਇਹ ਪਰਚਾ, ਕਦੇ ਲੋਕ ਰੌਲਾ ਪਾਉਣ ਰਹੇ ਆ ਪਬਲਿਕ ਭਾਰੀ। ਮੈਂ ਉਹ ਮਾਈਨਿੰਗ ਨਰਿੰਦਰ ਇੱਕ ਮਾਈਨਿੰਗ ਅਫਸਰ ਆ, ਉਹਨੂੰ ਸੱਦਿਆ ਮੈਂ ਕਿਹਾ ਵੀ ਆ ਲੈ ਕੇ ਆ, ਉਹਨੂੰ ਪਿਆਰ ਨਾਲ ਬਸਲਾ ਜੇ ਮੈਂ ਕਿਹਾ ਲੈ ਕੇ ਉੱਥੇ ਜਾਣ ਦੀ ਹੋਈ ਸੀ ਦੁ
ਵਾਰੀ ਸਾਨੂੰ ਆਹ ਬੰਦੇ ਨੰਬਰ ਦਾ ਫਲਾਨਾ ਸਰਪੰਚ ਫਲਾਨਾ ਹਾਜ਼ਰ ਸੀ, ਉਹਨਾਂ ਨੇ ਇਹ ਕਿਹਾ ਵੀ ਆਹ ਜੀ ਏ ਬੀ ਐਮ ਕੰਟਰੈਕਟਰ ਅਤੇ ਜਿਹੜਾ ਆਹ ਅਮਰਿੰਦਰ ਸਿੰਘ ਬਲਜਿੰਦਰ ਸਿੰਘ ਇਹਨਾਂ ਨੇ ਇਹ ਐਂਬੂਲੈਂਸ ਖਾ ਲਿਆ ਸੀ, ਲਗਾ ਕੇ ਗੱਲ ਵੀ ਕੀਤੀ ਹੈ ਵੀ ਤੁਹਾਨੂੰ ਚਾਹ ਚਾਹ ਬੜਾ ਹੀ ਮੈਂ ਜਾਓ ਭਾਜੀ ਉਹ ਚਲੇ ਗਿਆ ਨਾਲੇ ਇੱਕ ਵਜੇ ਦਾ ਰਸਤਾ ਮੈਨੂੰ ਬੱਸ ਜਿੰਦਾ ਫੋਨ ਕਹਿੰਦਿਆ ਕਹਿੰਦਾ ਉਹ ਵੀ ਮੇਰੇ ਜਿੰਮ ਦਾ ਉਹ ਕਹਿ ਰਿਹਾ ਤੂੰ ਬਾਈ ਨਹੀਂ ਮਿਲ ਰਹੀ ਯਾਰ ਨਹੀਂ ਸੁਣੀ ਜੀ ਤੂੰ ਇਸ ਨੂੰ ਕਿਉਂ ਦੱਸੀ ਦਿੱਤਾ ਜੀ ਮੇਰਾ ਭਰਾ ਮੇਰਾ ਉਹ ਨੈੱਟ 'ਤੇ ਚੜ੍ਹੀ ਹੋ ਗਈ ਇੱਕ ਵਜੇ। ਨਿਊਜ਼ ਡੈਸਕ ਤੋਂ ਸਾਹਿਲ ਮਹਿਤਾ ਦੇ ਨਾਲ ਬਿਊਰੋ ਰਿਪੋਰਟ ਦਿਵਿਆ ਪੰਜਾਬ ਟੀਵੀ।